ਦੇਖ ਲੈਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸਤਿਗੁਰ ਦਾ ਫਰਮਾਨ ਹੈ, ਨਾਨਕ ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੋ ਸਿੱਖੀ ਦਾ ਬੂਟਾ ਲਾ ਕੇ ਤਿਆਰ ਕੀਤਾ ਸੀ, ਅਤੇ ਨਾਲ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਸਵੇਂ ਪਾਤਸ਼ਾਹ ਨੰਦੇੜ ਦੀ ਧਰਤੀ 'ਤੇ ਗੁਰਤਗਤ ਦੀ ਬਖਸ਼ ਕੇ ਸਾਨੂੰ ਸਿੱਖਾਂ ਨੂੰ ਸਭ ਸੰਸਾਰ ਨੂੰ ਹੁਕਮ ਕਰ ਗਏ ਨੇ, ਅੱਗੇ ਭਈ ਕਾਲ ਕੀਤੇ ਵੀ ਚਲਾਇਓ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਦੇ ਸੰਬੰਧ ਵਿੱਚ ਗੁਰਤਾਗਤੀ ਦਿਵਸ ਅਤੇ 40ਵਾਂ ਨਗਰ ਕੀਰਤਨ ਯੂਬਾ ਸਿਟੀ ਵਿਖੇ ਆਪ ਸਾਰੀਆਂ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਮਨਾ ਰਹੀਆਂ ਹਨ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸੰਗਤ ਵੱਲੋਂ ਅਤੇ ਗੁਰੂ ਘਰ ਦੇ ਸੇਵਾਦਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਆਓ ਇਸ ਯੂਬਾ ਸਿਟੀ ਦੀ ਧਰਤੀ 'ਤੇ ਆ ਕੇ ਜੋ 3 ਤਰੀਕ ਨੂੰ ਨਗਰ ਕੀਰਤਨ ਹੋ ਰਿਹਾ ਹੈ ਉਸ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਫਿਰ ਠੀਕ 10 ਵਜੇ ਨਗਰ ਕੀਰਤਨ ਰਵਾਨਾ ਹੋਵੇਗਾ। ਸੰਗਤਾਂ ਚਰਨਾਂ 'ਚ ਬੇਨਤੀ ਹੈ ਯੂਬਾ ਸਿਟੀ ਦੀਆਂ ਸੰਗਤਾਂ ਵੱਲੋਂ ਹੁੰਮ ਹੁੰਮ ਆ ਕੇ ਦਰਸ਼ਨ ਦਿਓ, ਯੂਬਾ ਸਿਟੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੇ ਸਿੱਖ ਸੰਗਤ ਨੂੰ ਗੁਰਗੱਦੀ ਦਿਵਸ ਦੀ ਮੁਬਾਰਕਬਾਦ ਦਿੰਦਾ। ਜਿਵੇਂ ਕਿ ਮੇਰੇ ਤੋਂ ਪਹਿਲਾਂ ਉਸਤਾਦ ਗੁਰਮੇਲ ਸਿੰਘ ਗਿੱਲ ਜੀ ਨੇ ਬੇਨਤੀ ਕੀਤੀ ਆ ਸਮੁੱਚੀ ਸੰਗਤ ਨੂੰ ਕਿ ਹੁੰਮ ਹੁਮਾ ਕੇ ਉਸ ਪਵਿੱਤਰ ਆਪਣੇ ਤਿਉਹਾਰ ਨੂੰ ਮਨਾਉਣ ਵਾਸਤੇ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਾਓ, ਅਤੇ ਖਾਸ ਕਰਕੇ ਆਪਾਂ ਜਿਹੜੇ ਬੱਚੇ ਸਾਡੇ ਸਨਮੁੱਖ ਹਨ ਉਹਨਾਂ ਦੀ ਦਸਤਾਰਾਂ ਸਜਾਈਆਂ। ਮੈਂ ਸਮਝਦਾ ਕਿ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਨਿਘਾਰ ਆ ਰਿਹਾ, ਪੰਜਾਬ ਦੀ ਧਰਤੀ ਉੱਤੇ ਜਿਹੜੀ ਪਗੜੀ ਆ ਦਸਤਾਰ ਆ ਉਹ ਵਿਸਰ ਰਹੀ ਆ। ਸੋ ਬੜਾ ਵੱਡਾ ਉੱਦਮ ਆ ਜਿਹੜੇ ਜਥੇਬੰਦੀ ਦਸਤਾਰਾਂ ਦੀ ਸੇਵਾ ਕਰਦੇ ਨੌਜਵਾਨਾਂ ਦੇ ਸਿਰਾਂ 'ਤੇ, ਆਪਾਂ ਪਨੀਰੀ ਨੂੰ ਸੰਭਾਲ ਰਹੇ ਹਾਂ। ਮੈਂ ਬੇਨਤੀ ਕਰਦਾ ਆਪਣੇ ਸਮੁੱਚੀ ਸਿੱਖ ਪੰਥ ਦੀ ਕੌਮ ਸਿੱਖ ਕੌਮ ਨੂੰ ਕਿ ਆਪਾਂ ਆਪਣੇ ਪਰਿਵਾਰਕ ਪੱਧਰ 'ਤੇ ਆਪਣੇ ਬੱਚਿਆਂ ਨੂੰ ਦਸਤਾਰਾਂ ਦੇ ਨਾਲ ਜੋੜੋ, ਕਿਉਂਕਿ ਦਸਤਾਰ ਗੁਫਤਾਰ ਅਤੇ ਰਫਤਾਰ ਇੱਕ ਹੋਰ ਸਿੱਖ ਦੀ ਪਛਾਣ ਆ, ਅਤੇ ਸਭ ਤੋਂ ਵੱਡੀ ਪਰਸਨੈਲਿਟੀ ਦਸਤਾਰ ਦਾ ਬਣਦੀ ਆ। ਸੋ ਮੈਂ ਦੁਬਾਰਾ ਫਿਰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ 3 ਨਵੰਬਰ ਨੂੰ ਹੁੰਮ ਹਵਾ ਕੇ ਗੁਰੂ ਘਰ ਪਹੁੰਚ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਤੁਸੀਂ ਸਾਡੇ ਵੀਰਾਂ ਪਾਸੋਂ ਸੁਣ ਚੁੱਕੇ ਹੋ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਇਸ ਸਾਲ 40ਵਾਂ ਨਗਰ ਕੀਰਤਨ ਦੇ ਨਾਲ ਨਾਲ ਗੁਰੂ ਘਰ ਦੀ 50ਵੀਂ ਐਨਵਰਸਰੀ ਵੀ ਹੈ, ਅਤੇ ਸਭ ਤੋਂ ਮਹਾਨ ਗੁਰੂ ਨਾਨਕ ਦੇਵ ਮਹਾਰਾਜ ਜੋ ਸਿੱਖ ਕੌਮ ਦੇ ਬਾਨੀ ਹਨ ਉਹਨਾਂ ਦੀ ਸ਼ਤਾਬਦੀ ਹੈ 550 ਸਾਲ। ਆਪਾਂ ਸਾਰਿਆਂ ਨੇ ਇਹ ਸਾਰੇ ਹੀ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਹਮੇਸ਼ਾ ਅੱਗੇ ਆਪ ਆ ਕੇ ਇਸ ਗੁਰੂ ਘਰ ਦੇ ਇਸ ਧਰਤੀ ਨੂੰ ਭਾਗ ਲਾਉਂਦੇ ਹੋ, ਇਸ ਸਾਲ ਵੀ ਵੱਧ ਚੜ ਕੇ ਸਾਰੇ ਹੀ ਪਹੁੰਚੋ। ਅਤੇ ਮੈਂ ਇੱਥੇ ਖਾਸ ਕਰ ਯੂਬਾ ਸਿਟੀ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਰੇ ਆਪਾਂ ਰਲ ਮਿਲ ਕੇ ਸੇਵਾ ਕਰੀਏ ਬਾਹਰੋਂ ਆਈਆਂ ਸੰਗਤਾਂ ਦੀ, ਅਤੇ ਆਪਾਂ ਸਾਰੇ ਰਲ ਮਿਲ ਕੇ ਮਹਾਰਾਜ ਦੀਆਂ ਖੁਸ਼ੀਆਂ ਲਈਏ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੇ ਸੰਸਾਰ ਦਾ ਭਰਮਣ ਕਰਕੇ ਸਿੱਖ ਧਰਮ ਦਾ ਜੋ ਆਵਾਜ਼ ਸੀਗੀ, ਜੋ ਅਕਾਲ ਪੁਰਖ ਦੀ ਦਿੱਤੀ ਉਹ ਗੁਰਬਾਣੀ ਸੀ, ਉਹਨੂੰ ਲੋਕਾਂ ਵਿੱਚ ਵੰਡਣ ਦਾ ਉਪਰਾਲਾ ਕੀਤਾ। ਅੱਜ ਸਿੱਖਾਂ 'ਤੇ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਹੈ ਕਿ ਸਾਰੀਆਂ ਕੰਟਰੀਆਂ ਵਿੱਚ ਸਿੱਖ ਵੱਸਦੇ ਹਨ, ਜਿੱਥੇ ਜਿੱਥੇ ਵੀ ਸਿੱਖ ਹਨ ਗੁਰੂ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਹਨ, ਗੁਰਦੁਆਰਾ ਸਾਹਿਬ ਦੀ ਸੇਵਾ ਹੋ ਰਹੀ ਹੈ। ਸੋ ਆਪ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਖਾਸ ਕਰ ਯੂਬਾ ਸਿਟੀ ਦੀ ਸੰਗਤ ਦੇ ਹਿੱਸੇ ਜੋ ਗੁਰਗੱਦੀ ਦਿਵਸ ਜੋ ਸਾਡੇ ਇਸ ਵੇਲੇ ਲਿਵਿੰਗ ਗੁਰੂ ਹਨ ਗੁਰੂ ਗ੍ਰੰਥ ਸਾਹਿਬ,
ਉਸ ਦਿਨ ਨੂੰ ਮਨਾਉਣ ਵਾਸਤੇ ਇਹ ਸੇਵਾ ਸਿੱਖ ਸੰਗਤਾਂ ਦੇ ਹਿੱਸੇ ਆਈ ਹੈ। ਮੈਂ ਸਾਰੀਆਂ ਸੰਗਤਾਂ ਨੂੰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਸੇਵਾ ਕਰੋ। ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਅੱਗੇ ਨਾਲ ਵੀ ਵੱਧ ਚੜ੍ਹ ਕੇ ਆ ਸਾਲੀ 'ਤੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਸਾਰੀ ਸੰਗਤ ਨੂੰ ਫਿਰ ਸਾਡੇ ਵੀਰ ਸਰਦਾਰ ਦਲਵੀਰ ਸਿੰਘ ਸੋਹਲ ਵੱਲੋਂ, ਸਾਰੀ ਸੰਗਤ ਵੱਲੋਂ, ਜੋ ਗੁਰੂ ਨਾਨਕ ਸਿੰਘ ਹੁਣ ਦੱਸਿਆ 550 ਸਾਲ ਗੁਰੂ ਨਾਨਕ ਦੇਵ ਜੀ ਦਾ ਪੁਰਬ ਆਪਾਂ ਮਨਾ ਰਹੇ ਹਾਂ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।